ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਇਨਕਲਾਬੀ ਲੋਕਾਂ ਦੀ ਧਰਤੀ, ਪੀਰਾਂ ਫਕੀਰਾਂ ਦੀ ਧਰਤੀ, ਦੇਵੀ ਦੇਵਤਾਵਾਂ ਦੀ ਧਰਤੀ, ਆਜ਼ਾਦੀ ਘੁਲਾਟੀਆਂ ਦੀ ਧਰਤੀ ਹੁਸ਼ਿਆਰਪੁਰ, ਆਲੇ ਦੁਆਲੇ ਦੇ ਕਸਬਿਆਂ ਤੋਂ ਇੱਥੇ ਪੰਜਾਬ ਨੂੰ ਅਤੇ ਆਪਣੇ ਬਿਜ਼ਨਸ ਨੂੰ ਵੱਧਦਾ ਫੁੱਲਦਾ ਦੇਖਣ ਦੀ ਇੱਛਾ ਲੈ ਕੇ ਆਏ ਸਤਿਕਾਰਯੋਗ ਛੋਟੇ ਵੱਡੇ ਵਪਾਰੀ ਭਾਈ। ਸਟੇਜ ਦੇ ਉੱਤੇ ਮੇਰੇ ਨਾਲ ਹੁਸ਼ਿਆਰਪੁਰ ਤੋਂ ਤੁਹਾਡੇ ਆਪਣੇ ਚੁਣੇ ਹੋਏ ਨੁਮਾਇੰਦੇ ਅਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ, ਤੁਹਾਡੇ ਆਪਣੇ ਚੁਣੇ ਹੋਏ ਸ਼ਾਮ 84 ਤੋਂ ਨੁਮਾਇੰਦੇ ਡਾਕਟਰ ਰਵਜੋਤ ਜੀ, ਸਾਡੇ ਗੌਰਮੈਂਟ ਦੇ ਚੀਫ ਸੈਕਟਰੀ ਸਪੈਸ਼ਲ ਚੀਫ ਸੈਕਟਰੀ ਟੂ ਸੀ ਐਮ ਵੀ ਕੇ ਸਿੰਘ ਜੀ ਅਤੇ ਸਾਰੇ ਡਿਪਾਰਟਮੈਂਟਸ ਦੇ ਸੈਕਟਰੀ ਸੀ ਐਮ ਡੀ ਜਿਨ੍ਹਾਂ ਨੇ ਫੈਸਲੇ ਲੈਣੇ ਨੇ ਉਹ ਸਾਰੇ ਅੱਜ ਇੱਥੇ ਪਹੁੰਚੇ ਹੋਏ ਨੇ। ਮੈਂ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਇੱਕ ਕਦਮ ਸਿਰ ਮੱਥੇ ਮੰਨਦਾ। ਬਹੁਤ ਬਹੁਤ ਤੁਹਾਡਾ ਧੰਨਵਾਦ, ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਕਿਸਮ ਦੇ ਇਹ ਨਵੇਕਲੇ ਸਮਾਗਮ ਨੇ ਜੋ ਪੰਜਾਬ 'ਚ ਹੋ ਰਹੇ ਨੇ। ਪਹਿਲਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਨਹੀਂ ਹੁੰਦੇ ਸੀ, ਸਿਰਫ ਅਤੇ ਸਿਰਫ ਪੋਲੀਟੀਕਲ ਰੈਲੀਆਂ ਹੁੰਦੀਆਂ ਸੀ। ਉੱਥੇ ਬੱਸਾਂ ਭਰ ਕੇ ਲੈ ਜਾਂਦੇ ਸੀ ਅਤੇ ਲੀਡਰ ਬੋਲਦੇ ਸੀ, ਬੋਲ ਕੇ ਆਪਣਾ ਭਾਸ਼ਣ ਦੇ ਕੇ ਸਟੇਜ ਤੋਂ ਚਲੇ ਜਾਂਦੇ ਸੀ ਅਤੇ ਲੋਕਾਂ ਨੂੰ ਬੱਸਾਂ 'ਚ ਭਰ ਕੇ ਫਿਰ ਘਰੇ ਛੱਡ ਦਿੰਦੇ ਸੀ। ਮੰਤਰੀਆਂ ਦੇ ਅਤੇ ਮੁੱਖ ਮੰਤਰੀਆਂ ਦੇ ਅਤੇ ਅਫਸਰਾਂ ਦੇ ਦਫ਼ਤਰਾਂ ਦੇ ਅਤੇ ਘਰਾਂ ਦੇ ਕੁੰਡੇ ਆਮ ਲੋਕਾਂ ਲਈ, ਵਪਾਰੀ ਲਈ, ਮਜ਼ਦੂਰ ਲਈ, ਕਿਸਾਨ ਲਈ, ਵਿਦਿਆਰਥੀਆਂ ਲਈ, ਬੇਰੁਜ਼ਗਾਰਾਂ ਲਈ ਬੰਦ ਹੋ ਗਏ ਸੀ, ਕਿਉਂਕਿ ਰਾਜ ਕਰਨ ਵਾਲਿਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਲੋਕਾਂ ਕੋਲ ਤੀਜਾ ਰਾਹ ਹੈ ਨਹੀਂ ਕੋਈ, ਜਾਣਗੇ ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲ, ਦੂਜੇ ਤੋਂ ਉਹ ਤੋਂ ਵੀ ਵੱਧ ਦੁਖੀ ਹੋ ਕੇ ਫਿਰ ਪਹਿਲੇ ਕੋਲ, ਹੋਰ ਕੋਈ ਰਸਤਾ ਨਹੀਂ ਸੀ। ਸੋ ਆਪਸ 'ਚ ਉਹਨਾਂ ਦੇ ਸਮਝੌਤੇ ਹੋ ਗਏ ਸੀ, 5 ਸਾਲ ਤੂੰ 5 ਸਾਲ ਮੈਂ, ਕਿੱਥੇ ਜਾਣਗੇ ਲੋਕ। ਨਾ ਕਿਸੇ ਵਪਾਰੀ ਨੂੰ ਮਿਲਿਆ ਗਿਆ, ਨਾ ਕਿਸੇ ਕਿਸਾਨ ਨੂੰ ਮਿਲਿਆ ਗਿਆ, ਨਾ ਕਿਸੇ ਬੇਰੁਜ਼ਗਾਰ ਨਾਲ ਗੱਲ ਕੀਤੀ ਗਈ, ਨਾ ਨੌਕਰੀ, ਨਾ ਕੋਈ ਸੜਕ ਬਣਾਈ ਗਈ, ਨਾ ਕੋਈ ਯੂਨੀਵਰਸਿਟੀ ਖੋਲ੍ਹੀ, ਨਾ ਮੈਡੀਕਲ ਕਾਲਜ, ਨਾ ਦੂਜਾ ਜਨਰਲ ਕਾਲਜ, ਨਾ ਹਸਪਤਾਲ, ਕੁਛ ਨਹੀਂ ਖੋਲ੍ਹਿਆ। ਖਜ਼ਾਨਾ ਖਾਲੀ, ਖਜ਼ਾਨਾ ਖਾਲੀ ਦੀਆਂ ਦਵਾਈਆਂ ਮਿਲਦੀਆਂ ਰਹੀਆਂ ਬਸ। ਜੋ ਨੈਗੇਟਿਵਿਟੀ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਉਹਦੇ ਨਾਲ ਪੰਜਾਬ ਦਾ ਯੂਥ ਉਦਾਸ ਹੋ ਕੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਿਆ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ, ਆਪਣੀ ਸਟੇਟ ਦੇ ਨਾਗਰਿਕਾਂ ਨੂੰ ਉਮੀਦਾਂ ਦੇਵੇ, ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਦੇਵੇ, ਰਨਵੇ ਬਣ ਕੇ
ਉਹ ਆਪਣੇ ਜਹਾਜ਼ਾਂ ਨੂੰ ਮੌਕਾ ਦੇਵੇ ਉੱਪਰ ਉੱਡਣ ਦਾ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸੇ ਕੰਮ ਵਾਸਤੇ ਲੋਕ ਸਰਕਾਰ ਬਣਾਉਂਦੇ ਨੇ। ਤਰੀਕਾ ਦੇਖੋ ਕਿੰਨਾ ਵਧੀਆ ਡੈਮੋਕਰੇਸੀ ਦਾ ਕਿ ਸ਼ਾਮ 84 ਦੇ ਲਗਭਗ 2 ਲੱਖ ਲੋਕਾਂ ਨੇ ਇੱਕ ਬੰਦਾ ਚੁਣਿਆ ਕਿ ਭਾਈ ਤੂੰ ਸਾਡੀ ਗੱਲ ਸਰਕਾਰ ਤੱਕ ਪਹੁੰਚਾਵੇਂਗਾ, ਅਸੀਂ ਸਿੱਧੇ ਨਹੀਂ ਜਾਣਾ ਉੱਥੇ, ਤੂੰ ਸਾਡਾ ਪੁਲ ਹੈ, ਤੂੰ ਉੱਥੇ, ਅਸੀਂ ਤੇਰੇ ਕੋਲ ਆਵਾਂਗੇ, ਤੂੰ ਅੱਗੇ ਪਹੁੰਚਾਵੇਂਗਾ, ਤਾਂ ਹੱਲ ਹੋਣਾ ਚਾਹੀਦਾ। ਇਸੇ ਤਰ੍ਹਾਂ 9-10 ਹਲਕਿਆਂ ਦਾ ਇੱਕ MP ਹੁੰਦਾ, ਉਹਦਾ ਕੰਮ ਹੁੰਦਾ ਤੂੰ ਸੈਂਟਰ ਨਾਲ ਗੱਲ ਕਰੇਂਗਾ, ਤੂੰ ਸਾਡੇ ਹੱਕਾਂ ਦੀ ਗੱਲ ਪਾਰਲੀਮੈਂਟ 'ਚ ਕਰੇਂਗਾ, ਅਸੀਂ ਤੇਰੇ ਕੋਲ ਆਵਾਂਗੇ, ਤੂੰ ਸੈਂਟਰ ਸਰਕਾਰ ਕੋਲ ਜਾਵੇਂਗਾ ਅਤੇ ਸਾਡੇ ਮਸਲੇ ਹੱਲ ਕਰਾ ਕੇ ਲਿਆਵੇਂਗਾ। ਪਰ ਕੀ ਹੁੰਦਾ ਰਿਹਾ, ਇੱਕ ਬੰਦੇ ਨੂੰ ਅਧਿਕਾਰ ਦੇ ਦਿੱਤੇ ਗਏ, ਉਹ ਕਹਿੰਦਾ ਤੂੰ ਚੁੱਪ ਕਰ ਜਾ, ਕੁਛ ਨਹੀਂ ਹੁੰਦਾ, ਕੋਈ ਇੰਡਸਟਰੀ ਨਹੀਂ ਆਈ, ਬਲਕਿ ਜਿਹੜੀ ਹੈਗੀ ਸੀ ਉਹ ਵੀ ਭੱਜਣ ਲੱਗ ਗਈ, ਬਦੀ ਨੂੰ ਤੁਰ ਗਏ, ਮੱਧ ਪ੍ਰਦੇਸ਼ ਨੂੰ ਤੁਰ ਗਏ, ਕਿਉਂਕਿ ਸਰਕਾਰਾਂ ਦੀ ਨਿਗਾਹ ਵਪਾਰੀ ਦੇ ਪ੍ਰੋਫਿਟ 'ਤੇ ਹੋ ਗਈ। ਜਦੋਂ ਸਰਕਾਰ ਵਪਾਰੀ ਦੇ ਬੈਲੈਂਸ ਸ਼ੀਟ 'ਤੇ, ਉਹਦੇ ਪ੍ਰੋਫਿਟ 'ਤੇ ਲਾਲਚੀ ਅੱਖਾਂ ਨਾਲ ਦੇਖਣ ਲੱਗ ਜੇ, ਫਿਰ ਉਹ ਇੰਡਸਟਰੀ ਬਚ ਨਹੀਂ ਸਕਦੀ ਜੀ। ਕਿਉਂਕਿ ਜਿਸ ਦੇਸ਼ ਕਾ ਰਾਜਾ ਵਪਾਰੀ, ਉਸ ਦੇਸ਼ ਕੀ ਜਨਤਾ ਭਿਖਾਰੀ। ਜਦੋਂ ਰਾਜੇ ਆਪ ਹੀ ਵਪਾਰ ਕਰਨ ਲੱਗ ਗਏ, ਫਿਰ ਕਿਸੇ ਹੋਰ ਨੂੰ ਕਿਉਂ ਉੱਠਣ ਦੇਣਗੇ ਉਹ। ਆਹ ਕੰਮ ਹੋਇਆ ਪੰਜਾਬ ਨਾਲ। ਦੋ ਬੰਦੇ, ਚਲੋ ਆਪਾਂ ਪਿਛਲੇ 25 ਸਾਲ ਹੀ ਲਾ ਲਈਏ, ਦੋ ਬੰਦਿਆਂ ਨੇ ਰਾਜ ਕੀਤਾ ਪਿਛਲੇ 25 ਸਾਲ ਤੋਂ, ਸਿਰਫ ਦੋ ਬੰਦੇ, ਕੈਪਟਨ ਅਤੇ ਬਾਦਲ। ਕੀ ਕੀਤਾ ਜੀ ਉਹਨਾਂ ਨੇ, ਆਪਣੇ ਮਹਿਲ ਉਸਰ ਗਏ, ਪਹਾੜਾਂ ਦੇ ਵਿੱਚ ਵੱਡੇ ਵੱਡੇ 7-star ਹੋਟਲ ਬਣ ਗਏ, ਆਪਣੀਆਂ ਬੱਸਾਂ, ਆਪਣੇ ਹੋਟਲ ਢਾਬੇ, ਆਪਣਾ ਬਹੁਤ ਕੁਛ ਬਣ ਗਿਆ। ਜਨਤਾ, ਜਨਤਾ ਤਰਸਦੀ ਰਹਿ ਗਈ। ਫਿਰ ਜਨਤਾ ਨੇ, ਇੱਕ ਦਿਨ ਤਾਂ ਦੇਖਣੇ ਹੁੰਦਾ ਨਾ, 100 ਦਿਨ ਚੋਰ ਦਾ, ਇੱਕ ਦਿਨ ਸਾਧ ਦਾ। 10 ਮਾਰਚ 2022 ਨੂੰ ਸਾਧ ਦਾ ਦਿਨ ਆ ਗਿਆ, ਅਤੇ ਜਦੋਂ ਸਾਧ ਦਾ ਦਿਨ ਆ ਗਿਆ ਤਾਂ ਫਿਰ ਚੋਰਾਂ ਨੂੰ ਭਾਜੜਾਂ ਪੈ ਗਈਆਂ, ਅਤੇ ਤੁਸੀਂ ਆਪ ਚੁਣ ਲਿਆ, ਤੁਸੀਂ ਨਵੇਂ ਮੁੰਡੇ ਚੁਣ ਲਏ, ਤੁਸੀਂ ਜਨਰੇਸ਼ਨ ਹੀ ਬਦਲ ਕੇ ਰੱਖਤੀ ਰਾਜਨੀਤੀ ਦੀ, ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੀ ਖੁਸ਼ੀ ਨਾ ਮਨਾਈਏ, ਅਸੀਂ ਪਹਿਲਾਂ ਲੋਕਾਂ ਨੂੰ ਪੁਰਾਣੇ ਘਾਟੇ ਪੂਰੇ ਕਰਕੇ ਦੇਈਏ। ਲੋਕਾਂ ਨੂੰ ਜਿੱਦਾਂ ਖੁਸ਼ੀ ਮਨਾਉਣ ਦਾ ਮੌਕਾ ਮਿਲ ਗਿਆ, ਪਹਿਲਾਂ ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ, ਫਿਰ ਸਰਕਾਰਾਂ ਖੁਸ਼ੀ ਮਨਾਉਂਦੀਆਂ। ਨੈਲਸਨ ਮੰਡੇਲਾ ਨੂੰ ਇਹ ਪੁੱਛਿਆ ਗਿਆ, ਬਹੁਤ ਵੱਡੇ ਲੀਡਰ ਹੋਇਆ, ਬਹੁਤ ਵੱਡੇ ਆਜ਼ਾਦੀ ਘਲਾਟੀ ਹੋਇਆ ਸਾਊਥ ਅਫਰੀਕਾ ਦੇ, 26 ਸਾਲ ਜੇਲ੍ਹ ਕੱਟੀ ਹੈ। ਨੈਲਸਨ ਮੰਡੇਲਾ ਨੂੰ ਇਹ ਪੁੱਛਿਆ ਗਿਆ ਕਿ ਲੀਡਰ, ਲੋਕਾਂ ਦਾ ਲੀਡਰ ਬਣਨ ਦਾ ਤਰੀਕਾ ਕੀ ਹੈ, ਉਹ ਕਹਿੰਦਾ ਸਿੰਪਲ ਤਰੀਕਾ ਹੈ, ਜਦੋਂ ਤੁਹਾਡੇ ਕੌਮ ਨੇ, ਤੁਹਾਡੇ ਦੇਸ਼ ਵਾਸਤੇ ਕੋਈ ਖੁਸ਼ੀ ਦਾ ਮੌਕਾ ਆ ਜੇ, ਲੋਕਾਂ ਵਾਸਤੇ ਕੋਈ ਖੁਸ਼ੀ ਦਾ ਮੌਕਾ ਆ ਜੇ, ਤਾਂ ਆਪ ਪਿੱਛੇ ਹੋ ਜਾਓ, ਲੋਕਾਂ ਨੂੰ ਖੁਸ਼ੀ ਬਣਾ ਲੈਣ ਦਿਓ, ਅਤੇ ਜਦੋਂ ਕੋਈ ਕੌਮ 'ਤੇ, ਦੇਸ਼ 'ਤੇ ਭੀੜ ਪੈ ਜੇ, ਕੋਈ ਸਮੱਸਿਆ ਆ ਗਈ, ਰਿਸੈਸ਼ਨ ਆ ਗਿਆ, ਕੋਈ ਹੋਰ ਆਫਤਾਂ ਆ ਗਈਆਂ, ਤਾਂ ਆਪ ਅੱਗੇ ਹੋਵੋ,
ਲੋਕਾਂ ਨੂੰ ਕਹੋ ਆਓ ਮੇਰੇ ਪਿੱਛੇ, ਆਪਾਂ ਇਸ ਮੁਸੀਬਤ ਦਾ ਸਾਹਮਣਾ ਕਰਦੇ ਹਾਂ, ਫਿਰ ਤੁਸੀਂ ਲੀਡਰ ਬਣ ਸਕਦੇ ਹੋ। ਇੱਥੇ ਕੀ ਹੁੰਦਾ ਰਿਹਾ ਪੰਜਾਬ 'ਚ? ਉਲਟਾ ਹੁੰਦਾ ਰਿਹਾ। ਖੁਸ਼ੀ ਆਪ ਮਨਾਈ ਗਏ ਨੇ ਅਤੇ ਦੁੱਖਾਂ ਵੇਲੇ ਸਾਨੂੰ ਮੂਹਰੇ ਕਰੀ ਗਏ ਨੇ, ਕੁਰਬਾਨੀਆਂ ਦੇ ਦਿਆਂਗੇ, ਕੁਰਬਾਨੀਆਂ ਦੇ ਦਿਆਂ, ਅਸੀਂ ਕੁਰਬਾਨੀਆਂ ਵਾਸਤੇ ਰੱਖ ਲਏ। ਇਹ ਗਲਤ ਹੋ ਗਿਆ, ਇਹ ਗਲਤ ਹੋ ਗਿਆ। ਮੈਂ ਵੀ ਓਬਜ਼ਰਵਰ ਸੀ, ਮੈਂ ਓਬਜ਼ਰਵ ਕਰਦਾ ਰਹਿੰਦਾ ਸੀ ਚੀਜ਼ਾਂ, ਕਿਉਂਕਿ ਆਰਟਿਸਟ ਦੇ ਤੌਰ 'ਤੇ, ਇੱਕ ਕ੍ਰੀਏਟਿਵ ਆਰਟਿਸਟ ਦੇ ਤੌਰ 'ਤੇ ਮੈਂ ਸਾਰਾ ਸਮਾਜ ਦੇਖਦਾ ਸੀ ਵੀ ਕੀ ਹੋਈ ਜਾਂਦਾ ਹੈ। ਚਲੋ ਉਹਨੂੰ ਮੈਂ ਇੰਟਰਟੇਨਮੈਂਟ ਦਾ ਤੜਕਾ ਲਾ ਕੇ ਸੀਡੀਜ਼ ਦੇ ਰੂਪ 'ਚ ਜਾਂ ਫਿਲਮਾਂ 'ਚ ਮੈਂ ਕਰ ਦਿੰਦਾ ਸੀ, ਪਰ ਮੇਰੇ ਮਨ 'ਚ ਸੀਗਾ ਯਾਰ ਕਦੇ ਇੱਦਾਂ ਦਾ ਮੌਕਾ ਆਵੇ ਕਿ ਡਿਸੀਜ਼ਨ ਵਾਲੀ ਪਾਵਰ ਆਪਣੇ ਹੱਥ 'ਚ ਆ ਜਾਵੇ, ਤਾਂ ਆਪਾਂ ਡਿਸੀਜ਼ਨ ਵਾਲੇ ਜਿਹੜਾ ਪੈੱਨ ਹੈ ਉਹ ਲੋਕਾਂ ਦੇ ਹੱਥ 'ਚ ਫੜਾ ਦਾਂਗੇ, ਆਪ ਬਹਿ ਜਾਂਗੇ, ਮਾਈਕ ਲੋਕਾਂ ਨੂੰ ਦੇ ਦਾਂਗੇ। ਤੁਸੀਂ ਪਹਿਲਾਂ ਕਦੇ ਇੱਦਾਂ ਦਾ ਪ੍ਰੋਗਰਾਮ ਦੇਖਿਆ ਕਿ ਮੁੱਖ ਮੰਤਰੀ ਆਪ ਬੈਠਾ ਹੋਵੇ, ਮਾਈਕ ਲੋਕਾਂ ਕੋਲ ਹੋਵੇ? ਇਹਦੇ ਵਾਸਤੇ ਜਿਗਰਾ ਚਾਹੀਦਾ ਹੈ, ਇਹਦੇ ਵਾਸਤੇ ਤੁਹਾਨੂੰ ਆਪਣੀ ਪਹਿਲਾਂ ਬੈਕਗਰਾਊਂਡ ਚੈੱਕ ਕਰਨੀ ਚਾਹੀਦੀ ਹੈ ਕਿ ਤੁਸੀਂ ਤਾਂ ਨਹੀਂ ਕੋਈ ਘਪਲਾ ਕੀਤਾ ਤਾਂ ਤੁਸੀਂ ਮਾਈਕ ਲੋਕਾਂ ਨੂੰ ਦੇ ਸਕਦੇ ਹੋ, ਨਹੀਂ ਲੋਕਾਂ ਨੂੰ ਮਾਈਕ ਨਹੀਂ ਮਿਲ ਸਕਦਾ, ਕਿਉਂਕਿ ਕੋਈ ਵੀ ਕੀ ਕਹਿ ਦੂਗਾ। ਮੈਂ ਜਦੋਂ ਨੌਕਰੀਆਂ ਦਿੰਦਾ, ਨਿਯੁਕਤੀ ਪੱਤਰ ਵੰਡਦਾ, ਉਦੋਂ ਵੀ ਮਾਈਕ ਲੋਕਾਂ ਨੂੰ ਦੇ ਦਿੰਦਾ ਅਤੇ ਨਾਲ ਕਹਿ ਦਿੰਦਾ ਇੱਕ ਰੁਪਈਆ ਵੀ ਲੱਗਿਆ ਹੋਵੇ ਦੱਸ ਦਿਓ, ਕਿਸੇ ਦੀ ਸਿਫਾਰਿਸ਼ ਲੱਗੀ ਹੋਵੇ MLA ਦੀ ਦੱਸ ਦਿਓ। ਕੋਈ ਬੰਦਾ ਵੀ ਨਹੀਂ ਕਹਿੰਦਾ ਜੀ ਨਾ, ਕਹਿੰਦੇ ਸਾਡੇ ਤਾਂ ਇੱਕ ਘਰ 'ਚ ਦੋ ਦੋ ਨੌਕਰੀਆਂ ਵੀ ਮਿਲ ਗਈਆਂ, ਭੈਣ ਭਾਈ ਦੋਨਾਂ ਨੇ ਸੇਮ ਕਿਤਾਬ ਪੜ੍ਹੀ, ਦੋਨਾਂ ਦੇ ਮੈਰਿਟ 'ਚ ਨੰਬਰ ਆ ਗਏ ਤਾਂ ਦੋਨਾਂ ਨੂੰ ਹੀ ਨੌਕਰੀ ਮਿਲ ਗਈ, ਜਿਹੜਾ ਮੈਰਿਟ 'ਚ ਆ ਜੂਗਾ ਉਹ ਅੱਗੇ ਆ ਜੂਗਾ। ਸੋ ਇਹ ਸਮਾਗਮ ਹੁਣ ਸ਼ੁਰੂ ਹੋਏ ਨੇ ਮੇਰੇ ਖਿਆਲ 'ਚ। ਗੋਪੀ ਚੰਦ ਜੀ, ਆਪਾਂ 15 ਦਿਨਾਂ 'ਚ ਦੋ ਵਾਰੀ ਮਿਲ ਰਹੇ ਹਾਂ, 15 ਦਿਨਾਂ 'ਚ ਦੋ ਵਾਰੀ, ਅਤੇ 15 ਸਾਲਾਂ 'ਚ ਇੱਕ ਵਾਰ ਨਹੀਂ ਮੌਕਾ ਮਿਲਿਆ। ਪਹਿਲਾਂ ਮੈਂ ਜਾਣਨ ਲੱਗ ਗਿਆ ਸਾਰਿਆਂ ਨੂੰ ਤੁਹਾਨੂੰ, ਕਿਉਂਕਿ ਮੈਂ ਤੁਹਾਡੇ ਵਿੱਚ ਹੀ ਰਹਿਣਾ। ਅੱਜ ਵੀ ਮੈਂ ਹੁਣ ਇਹ ਤੋਂ ਬਾਅਦ ਮੋਗੇ ਜਾਊਂਗਾ, ਉੱਥੇ ਵਪਾਰ ਮਿਲਣੀ ਹੈ। ਇਹ ਤੋਂ ਪਹਿਲਾਂ ਵਿਧਾਨ ਸਭਾ 'ਚ ਬੋਲ ਕੇ ਆਇਆ, 150 ਪਹਿਲਾਂ ਫਾਈਲਾਂ ਸਾਈਨ ਕਰਕੇ ਆਇਆ ਸਵੇਰੇ ਉੱਠ ਕੇ। ਮੁੱਖ ਮੰਤਰੀ ਦਾ ਕੰਮ ਇਹ ਥੋੜ੍ਹੀ ਹੁੰਦਾ ਕਿ ਆਰਾਮ ਨਾਲ ਕੁਰਸੀ 'ਤੇ ਬਹਿ ਜੇ ਅਤੇ ਮੁੜ ਕੇ ਲੋਕਾਂ ਨੂੰ ਆਪਦੇ ਹਾਲ 'ਤੇ ਛੱਡ ਦੇ। ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਉਹਨੇ ਸਟੇਟ ਚਲਾਉਣੀ ਹੈ, ਲਾਅ ਐਂਡ ਆਰਡਰ ਦਾ ਕੀ ਹਾਲ ਹੈ, ਕਿਤੇ ਕੋਈ ਲੋਕਾਂ 'ਚ ਭੜਕਾਹਟ ਤਾਂ ਨਹੀਂ। ਕਹਿੰਦੇ ਜੀ ਸੁਣਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਇੰਨਾ ਸ਼ਾਨਦਾਰ ਰਾਜ ਕਰਦੇ ਸੀ ਉਹ, ਕਿ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੇ ਘਰਾਂ ਦੇ ਕੰਧ ਨਾਲ ਕੰਨ ਲਾ ਕੇ ਸੁਣਦੇ ਸੀ ਕਿ ਮੇਰੀ ਪਰਜਾ ਮੇਰੇ ਖਿਲਾਫ ਗੱਲ ਤਾਂ ਨਹੀਂ ਕਰ ਰਹੀ, ਕੋਈ ਕਮੀ ਤਾਂ ਨਹੀਂ ਹੈਗੀ ਮੇਰੀ ਪਰਜਾ ਨੂੰ, ਕੀ ਗੱਲ ਕਰ ਰਹੇ ਪਬਲਿਕ। ਦਰਬਾਰ 'ਚ ਆ ਕੇ ਤਾਂ ਹਰੇਕ ਹੀ ਤੂੰ ਤਾਰੀਫ ਕਰ ਦਿੰਦਾ, ਇੱਦਾਂ ਸੁਣੀਏ ਭੇਸ ਬਦਲ ਕੇ ਲੋਕਾਂ ਦੇ ਘਰਾਂ 'ਚ ਜੋ ਗੱਲਾਂ ਬਾਤਾਂ ਹੁੰਦੀਆਂ ਸੀ ਕਿ ਰਾਜੇ ਬਾਰੇ ਸਰਕਾਰ ਬਾਰੇ ਕੀ ਲੋਕਾਂ ਦੇ ਵਿਊ ਨੇ, ਸੁਣਦੇ ਸੀ ਸੁਣਦੇ ਤਾਂ ਮੈਨੂੰ ਲੱਗਦਾ ਪਹਿਲਾਂ ਵਾਲੇ ਵੀ ਹੋਣਗੇ ਆਪ ਕਾਂਗਰਸੀ ਅਤੇ ਅਕਾਲੀ ਕੰਧਾਂ ਨਾਲ ਕੰਨ ਲਾ ਕੇ, ਪਰ ਸੁਣਦੇ ਹੋਣੇ। ਕਿਸੇ ਦੇ ਘਰੇ ਕੋਈ ਰੁਪਈਆ ਬਚਿਆ ਤਾਂ ਨਹੀਂ, ਕਿਸੇ ਦੇ ਘਰੇ ਕੋਈ ਚਿੱਟੇ ਦੀ ਪੁੜੀ ਪਹੁੰਚਣ ਤੋਂ ਤਾਂ ਨਹੀਂ ਰਹਿ ਗਈ, ਕੋਈ ਨਸ਼ੇੜੀ ਵੀ ਤੋਂ ਬਿਨਾਂ ਕੋਈ ਘਰ ਰਹਿ ਤਾਂ ਨਹੀਂ ਗਿਆ, ਪਤਾ ਕਰੋ। ਉਹ ਇਸ ਕੰਮ ਵਾਸਤੇ ਸੀ, ਫਿਰ ਕਿਵੇਂ ਤਰੱਕੀ ਕਰ ਲਓਗੇ ਤੁਸੀਂ? ਨਹੀਂ ਹੋ ਸਕਦਾ, ਉਹਦੇ ਵਾਸਤੇ ਡੇਰਿੰਗ ਡਿਸੀਜਨ ਲੈਣੇ ਪੈਂਦੇ। ਅਰਵਿੰਦ ਕੇਜਰੀਵਾਲ ਜੀ ਹਿਸਾਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ 'ਚ ਪੈਦਾ ਹੋਏ, ਬਾਂਸਲ ਪਰਿਵਾਰ 'ਚ ਪੈਦਾ ਹੋਏ, IRS ਦੇ ਪੇਪਰ ਦੇਤੇ, ਤੁਸੀਂ ਹੈਰਾਨ ਰਹਿ ਜਾਓਗੇ। ਹੁਸ਼ਿਆਰਪੁਰ ਹਿਸਾਰ ਜ਼ਿਲ੍ਹੇ ਦੇ
ਪੂਰੇ ਜ਼ਿਲ੍ਹੇ 'ਚੋਂ ਦੋ ਬੰਦੇ ਸਿਰਫ ਸਿਲੈਕਟ ਹੋਏ ਸੀ ਅਤੇ ਮਾਤਾ ਪਿਤਾ ਨੂੰ ਅਰਵਿੰਦ ਕੇਜਰੀਵਾਲ ਜੀ ਦੇ ਮਾਤਾ ਪਿਤਾ ਨੂੰ 1.5 ਮਹੀਨਾ ਲੱਗ ਗਿਆ ਰਿਜ਼ਲਟ ਤੋਂ ਬਾਅਦ ਲੱਭਣ ਵਾਸਤੇ ਕਿ ਮੁੰਡਾ ਕਿੱਥੇ ਹੈ। ਮੁੰਡਾ ਕਿੱਥੇ ਫਿਰਦਾ ਸੀ? ਮਦਰ ਟਰੀਜ਼ਾ ਦੇ ਕੈਂਪਾਂ ਦੇ ਵਿੱਚ ਗਰੀਬਾਂ ਦੀ ਸੇਵਾ ਕਰਦਾ ਫਿਰਦਾ ਸੀ, ਉੱਥੋਂ ਲੱਭ ਕੇ ਲਿਆਏ।